ਪੰਜਾਬ ਵਿਧਾਨ ਸਭਾ 'ਚ ਆਪ ਵਿਧਾਇਕਾਂ ਨਾਲ ਹੋਈ ਧੱਕਾ ਮੁੱਕੀ ਦਾ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਹੈ। ਆਪ ਆਗੂਆਂ ਨੇ ਵਿਧਾਇਕਾਂ ਨਾਲ ਹੋਈ ਵਧੀਕੀ ਲਈ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਆਪ ਆਗੂ ਕਸ਼ਮੀਰ ਸਿੰਘ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਲੋਕਾਂ ਤੋਂ ਮਾਫ਼ੀ ਮੰਗਣ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਸਪੀਕਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੂੰ ਕੁੱਟਿਆ ਗਿਆ ਹੈਗਾ, ਉਹਨਾਂ ਦੇ ਲੱਤਾਂ ਤੋੜੀਆਂ ਗਈਆਂ, ਉਹਨਾਂ ਦੇ ਦਸਤਾਰ ਉਤਾਰੇ ਗਏ ਹੈਗੇ ਆ, ਔਰ ਸਾਡੇ ਜਿਹੜੇ ਭੈਣਾਂ ਹੈਗੀਆਂ ਉੱਥੇ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਚੁਣੀਆਂ ਰਹੀਆਂ ਗਈਆਂ, ਸੋ ਉਹਦੇ ਕਰਕੇ ਜਿਹੜਾ ਸਾਡਾ ਪ੍ਰੋਟੈਸਟ ਹੈਗਾ ਹੈ। ਸਾਡੀ ਸਰਕਾਰ ਤੋਂ ਇਹ ਮੰਗ ਹੈਗੀ ਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਜਿਹੜਾ ਸਾਡਾ ਸਪੀਕਰ ਹੈਗਾ ਰਾਣਾ ਕੇਪੀ, ਉਹ ਅਨਕੰਡੀਸ਼ਨਲੀ ਪੰਜਾਬ ਦੇ ਲੋਕਾਂ ਨੂੰ ਮਾਫ਼ੀ ਮੰਗਦੇ ਇਸ ਗੱਲ ਦੀ, ਔਰ ਸਾਡੀ ਇਹ ਵੀ ਮੰਗ ਹੈਗੀ ਆ ਕਿ ਸਪੀਕਰ ਨੂੰ ਬਰਖਾਸਤ ਕਰਕੇ ਉਸ ਜਗ੍ਹਾ ਨਵਾਂ ਸਪੀਕਰ ਲਾ ਜਾਵੇ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਪਹਿਲਾ ਬਜਟ ਸੈਸ਼ਨ ਹੀ ਹੰਗਾਮਿਆਂ ਭਰਪੂਰ ਰਿਹਾ ਹੈ। ਜਲੰਧਰ ਤੋਂ ਕਰਨ ਪਾਠਕ, ਜਗਬਾਣੀ ਟੀਵੀ।